ਦੁਆਬਾ ਰੇਡੀਓ, ਦੁਆਬਾ ਰੇਡੀਓ। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਅਤੇ ਦੁਆਬਾ ਰੇਡੀਓ ਦਾ ਮੰਚ, ਅਤੇ ਗੱਲ ਆਪਾਂ ਤੋਰਦੇ ਹਾਂ ਪੰਜਾਬ ਪੰਜਾਬੀਆਂ ਦਾ ਨਾਰਾ ਦੇਣ ਵਾਲਾ ਖਿਜ਼ਰ ਹਯਾਤ ਟਿਵਾਣਾ, ਜਿਸ ਨੇ ਅੰਗਰੇਜ਼ਾਂ ਤੋਂ ਆਜ਼ਾਦ ਪੰਜਾਬ ਦੀ ਮੰਗ ਕੀਤੀ ਸੀ। ਗੁਰਜੋਤ ਸਿੰਘ ਲਿਖਦੇ ਨੇ, ਬ੍ਰਿਟਿਸ਼ ਰਾਜ ਦੇ ਦੌਰਾਨ ਭਾਰਤ ਦੇ ਅਮੀਰ ਅਤੇ ਵੱਡੇ ਸੂਬੇ ਪੰਜਾਬ ਦੇ ਪ੍ਰਧਾਨ ਮੰਤਰੀ ਖਿਜ਼ਰ ਹਯਾਤ ਟਿਵਾਣਾ ਅਪ੍ਰੈਲ 1944 ਦੇ ਵਿੱਚ ਆਪਣੀ 22 ਕੁਈਨਜ਼ ਰੋਡ ਰਿਹਾਇਸ਼ ਦੇ ਬਗੀਚੇ ਦੇ ਵਿੱਚ ਬੈਠੇ ਹੋਏ ਸੀ ਜਦੋਂ ਜਿਨ੍ਹਾਂ ਨੇ ਉਹਨਾਂ ਨੂੰ ਫੋਨ ਕਰਕੇ ਅਲਟੀਮੇਟਮ ਦਿੱਤਾ। ਖਿਜ਼ਰ ਨੇ ਜਿਹੜਾ ਯੂਨੀਵਰਸਿਟੀ ਪਾਰਟੀ ਨੂੰ ਮੁਸਲਿਮ ਲੀਗ ਦੇ ਵਿੱਚ ਰਲਾਉਣ ਤੋਂ ਇਨਕਾਰ ਕਰਤਾ ਤਾਂ ਕਾਇਦੇ ਆਜ਼ਮ ਨੇ ਫੋਨ ਕੱਟਦਿਆਂ ਧਮਕੀ ਦਿੱਤੀ ਕਿ ਤੁਹਾਨੂੰ ਪੂਰੀ ਜ਼ਿੰਦਗੀ ਇਸ ਦਾ ਅਫਸੋਸ ਰਹੇਗਾ। ਯੂਨੀਅਨਿਸਟ ਪਾਰਟੀ ਸਾਂਝੇ ਪੰਜਾਬ ਦੇ ਵਿੱਚ ਜਗੀਰਦਾਰਾਂ ਅਤੇ ਰਜਵਾੜਿਆਂ ਦੀ ਸਿਆਸੀ ਧਿਰ ਸੀ। ਇਸ ਮਗਰੋਂ ਵੱਖ ਵੱਖ ਮੌਕਿਆਂ 'ਤੇ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਨਾਹ ਖਿਜ਼ਰ ਦੀ ਆਲੋਚਨਾ ਜਿਹੜੇ ਟਵਾਣਾ ਸਾਹਿਬ ਦੀ ਕਰਦੇ ਅਤੇ ਉਹਨਾਂ ਦੇ ਉੱਤੇ ਯੂਨੀਅਨਿਸਟ ਪਾਰਟੀ ਨੂੰ ਮੁਸਲਿਮ ਲੀਗ ਮਿਲਾਉਣ ਦੇ ਲਈ ਦਬਾਅ ਪਾਉਂਦੇ ਰਹੇ। ਇਸ ਤੋਂ ਬਾਅਦ ਆਪਣੇ ਇੱਕ ਭਾਸ਼ਣ ਦੇ ਵਿੱਚ ਜਨਾਹ ਨੇ ਯੂਨੀਅਨਿਸਟ ਆਗੂਆਂ ਨੂੰ ਗਦਾਰ ਤੱਕ ਕਹਿ ਦਿੱਤਾ। ਜਿਨ੍ਹਾਂ ਨੇ ਉਹਨਾਂ ਦੇ ਉੱਤੇ ਪੰਜਾਬੀ ਮੁਸਲਮਾਨਾਂ ਨੂੰ ਵੰਡਣ ਵਾਲੇ ਅਪਰਾਧੀ ਹੋਣ ਦਾ ਇਲਜ਼ਾਮ ਲਾਇਆ। ਇਅਨ ਟਾਲਬਟ ਖਿਜ਼ਰ ਹਯਾਤ ਟਿਵਾਣਾ ਦੀ ਜੀਵਨੀ ਦੇ ਵਿੱਚ ਲਿਖਦਾ ਹੈ ਕਿ ਪੰਜਾਬ ਮੁਹੰਮਦ ਅਲੀ ਜਿਨ੍ਹਾਂ ਦੇ ਪਾਕਿਸਤਾਨ ਦੀ ਮੁੱਖ ਬੁਨਿਆਦ ਸੀ। ਇਅਨ ਟਾਲਬਟ ਯੂਨੀਵਰਸਿਟੀ ਆਫ ਸਾਊਥ ਹੈਮਪਟਨ ਦੇ ਵਿੱਚ ਮਾਡਰਨ ਸਾਊਥ ਏਸ਼ੀਅਨ ਹਿਸਟਰੀ ਦੇ ਪ੍ਰੋਫੈਸਰ ਨੇ। ਉਹਨਾਂ ਨੇ ਮੁਹੰਮਦ ਅਲੀ ਜਿਨਾਹ ਦੇ ਨਾਲ ਖਿਜ਼ਰ ਹਯਾਤ ਟਿਵਾਣਾ ਦੀ ਪਾਕਿਸਤਾਨ ਅਤੇ ਪੰਜਾਬ ਦੇ ਵਿੱਚ ਮੁਸਲਿਮ ਲੀਗ ਨੂੰ ਲੈ ਕੇ ਪੈਦਾ ਹੋਈ ਇਸ ਤਲਖੀ ਬਾਰੇ ਵੀ ਵਿਸਤਾਰ ਦੇ ਨਾਲ ਲਿਖਿਆ। ਜਿੱਥੇ ਮੁਸਲਿਮ ਲੀਗ ਹੋਰ ਸੂਬਿਆਂ ਦੀ ਮੁਸਲਮਾਨ ਆਬਾਦੀ ਦੇ ਵਿੱਚ ਆਪਣੀ ਥਾਂ ਬਣਾਉਣ ਦੇ ਵਿੱਚ ਸਫਲ ਰਹੀ ਸੀ, ਪੰਜਾਬ ਦੇ ਵਿੱਚ ਯੂਨੀਵਰਸਿਟੀ ਪਾਰਟੀ ਉਸਦੇ ਲਈ ਅੜਿੱਕਾ ਬਣ ਗਈ ਸੀ। ਇਸੇ ਲਈ ਹੀ ਪੰਜਾਬ ਦੇ ਵਿੱਚ ਯੂਨੀਅਨਿਸਟ ਪਾਰਟੀ ਦੀ ਸਿਆਸਤ ਮੁਸਲਿਮ ਲੀਗ ਦੇ ਆਗੂਆਂ ਦੇ ਨਿਸ਼ਾਨੇ ਦੇ ਉੱਤੇ ਰਹੀ। ਖਿਜ਼ਰ ਹਯਾਤ ਟਿਵਾਣਾ ਪੰਜਾਬ ਦੇ ਵਿੱਚ ਯੂਨੀਅਨਿਸਟ ਪਾਰਟੀ ਦੀ ਸਰਕਾਰ ਦੇ ਆਖਰੀ ਪ੍ਰੀਮੀਅਰ ਜਾਂ ਦੂਜੇ ਸ਼ਬਦਾਂ ਦੇ ਵਿੱਚ ਪ੍ਰਧਾਨ ਮੰਤਰੀ ਸਨ। ਭਾਵੇਂ ਕਿ ਮੁਸਲਿਮ ਲੀਗ ਦਾ ਵਿਰੋਧੀ ਹੋਣ ਦੇ ਕਾਰਨ ਉਹਨਾਂ ਨੂੰ ਆਪਣੀ ਸਰਕਾਰ ਦੇ ਆਖਰੀ ਸਾਲਾਂ ਦੇ ਵਿੱਚ ਸ਼ਰਮਿੰਦਗੀ ਅਤੇ ਸਖ਼ਤ ਵਿਰੋਧ ਦਾ ਸਾਹਮਣਾ ਕਰਨ ਮਗਰੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਪਿਆ ਸੀ। ਮਾਰਚ 1947 ਦੇ ਵਿੱਚ ਉਹਨਾਂ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਸੀ ਹਿੰਸਾ ਦਾ ਅਜਿਹਾ ਦੌਰ ਸ਼ੁਰੂ ਹੋਇਆ ਜਿਸ ਦੇ ਨਤੀਜੇ ਵਜੋਂ ਲੱਖਾਂ ਲੋਕ ਉਜੜੇ ਅਤੇ ਕਤਲੇਆਮ ਦੇ ਵਿੱਚ ਮਾਰੇ ਗਏ। 1947 ਦੀ ਵੰਡ ਉਜਾੜੇ ਤੋਂ ਵਸੇਵੇ ਤੱਕ ਦਾ ਸਫ਼ਰ ਹੈ। ਖਿਜ਼ਰ ਦਾ ਜਨਮ ਜਿਹੜਾ ਸੀ ਟਿਵਾਣਾ ਸਾਹਿਬ ਦਾ 7 ਅਗਸਤ 1900 ਦੇ ਵਿੱਚ ਹੁੰਦਾ ਹੈ। ਪੰਜਾਬ ਦੇ ਵਿੱਚ ਅਜੋਕੇ ਸਰਗੋਧਾ ਦੇ ਚੱਕ ਮੁਜ਼ੱਫਰਾਬਾਦ ਹੁਣ ਜੋ ਕਿ ਪਾਕਿਸਤਾਨ ਦੇ ਵਿੱਚ ਹੋਇਆ ਸੀ। ਖਿਜ਼ਰ ਨੂੰ ਮੁਸਲਿਮ ਲੀਗ ਦੀ ਫਿਰਕੂ ਸਿਆਸਤ ਦੇ ਖਿਲਾਫ ਡਟਮਾ ਸਟੈਂਡ ਲੈਣ ਅਤੇ ਪੰਜਾਬ ਪੰਜਾਬੀਆਂ ਦੇ ਲਈ ਦਾ ਜਿਹੜਾ ਨਾਰਾ ਦੇਣ ਦੇ ਲਈ ਵੀ ਜਾਣਿਆ ਜਾਂਦਾ ਹੈ। ਇਸ਼ਤਿਆਕ ਅਹਿਮਦ ਦੱਸਦੇ ਨੇ ਕਿ 1947 ਦੇ ਵਿੱਚ ਸਰਗੋਧਾ ਦੇ ਵਿੱਚ ਖਿਜ਼ਰ ਦੇ ਅਸਰ ਰਸੂਖ ਦੇ ਕਾਰਨ ਹੀ ਹਿੰਦੂ ਸਿੱਖਾਂ 'ਤੇ ਬਹੁਤ ਘੱਟ ਹਮਲੇ ਹੋਏ ਸਨ ਅਤੇ ਉਹ ਆਪਣੀ ਜਾਨ ਬਚਾਉਣ ਦੇ ਵਿੱਚ ਸਫਲ ਰਹੇ।
ਇਸ਼ਤਿਆਕ ਅਹਿਮਦ ਸਵੀਡਨ ਦੀ ਸਟਾਕਹੋਲਮ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਨੇ ਅਤੇ ਭਾਰਤ ਪਾਕਿਸਤਾਨ ਵੰਡ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਇਤਿਹਾਸਕਾਰ ਰਹੇ ਨੇ। ਇਸ਼ਤਿਆਕ ਦੱਸਦੇ ਨੇ ਕਿ ਖਿਜ਼ਰ ਹਿਆਤ ਟਿਵਾਣਾ ਸੱਚਾ ਪੰਜਾਬੀ ਅਤੇ ਸਭ ਧਰਮਾਂ ਦੇ ਵਿੱਚ ਮਿਲਵਰਤਨ ਬਣਾ ਕੇ ਰੱਖਣ ਵਾਲਾ ਆਗੂ ਸੀ। ਯੂਨੀਅਨਿਸਟ ਪਾਰਟੀ ਜਿਹੜੀ ਸੀ ਕਿਵੇਂ ਸ਼ੁਰੂ ਹੁੰਦੀ ਹੈ? ਭਾਰਤ ਪਾਕ ਬਟਵਾਰੇ ਦੇ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਪ੍ਰੋਫੈਸਰ ਇਸ਼ਤਿਆਕ ਅਹਿਮਦ ਦੱਸਦੇ ਨੇ ਕਿ ਯੂਨੀਅਨਿਸਟ ਪਾਰਟੀ ਸਾਲ 1923 ਦੇ ਵਿੱਚ ਹੋਣ ਦੇ ਵਿੱਚ ਆਈ ਸੀ, ਜਿਵੇਂ ਕਿ ਅਕਾਲੀ ਜਿਹੜੀ ਹੈ ਲਹਿਰ ਚੱਲੀ ਉਹਨਾਂ ਸਮਿਆਂ 'ਚ 1919-20 ਤੋਂ 25 ਦੇ ਵਿਚਕਾਰ ਜਿਹੜਾ ਸਫ਼ਰ ਬਣਿਆ, ਅਤੇ ਇਸੇ ਤਰ੍ਹਾਂ ਫਿਰ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਗਦਰ ਲਹਿਰ ਦਾ ਮਾਹੌਲ ਚੱਲਦਾ ਸੀ ਅਤੇ ਜੈਤੋਂ ਦੇ ਮੋਰਚਿਆਂ ਦੀ ਗੱਲ ਆਉਂਦੀ ਹੈ, ਸੰਘਰਸ਼ ਦੀ ਅੰਗਰੇਜ਼ਾਂ ਦੇ ਨਾਲ ਗੱਲ ਆਉਂਦੀ ਹੈ। ਤਾਂ ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਵਿੱਚ ਜਿਹੜੀ ਸੀ ਯੂਨੀਅਨਿਸਟ ਪਾਰਟੀ ਦਾ ਜਿਹੜਾ ਸੀ ਗਠਨ ਹੋਇਆ ਸੀ 1923 ਦੇ ਵਿੱਚ ਹੋਣ 'ਚ ਆਈ ਸੀ। ਇਸ ਨੂੰ ਅਜੋਕੇ ਚੜ੍ਹਦੇ ਪੰਜਾਬ ਦੇ ਬਟਾਲਾ ਦੇ ਨਾਲ ਸੰਬੰਧਿਤ ਰੱਖਦੇ ਸਰ ਫਜ਼ਲੇ ਹੁਸੈਨ ਨੇ ਸ਼ੁਰੂ ਕੀਤਾ ਸੀ। ਉਹਨਾਂ ਨੇ ਸਰ ਛੋਟੂ ਰਾਮ ਜਿਹੇ ਜਾਟ ਲੀਡਰਾਂ ਨੂੰ ਵੀ ਆਪਣੇ ਨਾਲ ਲਿਆ। ਸਰ ਛੋਟੂ ਰਾਮ ਪੰਜਾਬ ਦੀ ਅੰਬਾਲਾ ਡਿਵੀਜ਼ਨ ਅਜੋਕੇ ਜਿਹੜਾ ਹਰਿਆਣਾ ਦੇ ਸਿਰਕੱਢ ਜਾਟ ਆਗੂ ਸਨ, ਜਿਨ੍ਹਾਂ ਨੂੰ ਖੇਤੀ ਸੁਧਾਰਾਂ ਦੇ ਲਈ ਜਾਣਿਆ ਜਾਂਦਾ ਹੈ ਅਤੇ ਅੱਜ ਵੀ ਉਹਨਾਂ ਦਾ ਕੀਤਾ ਕੰਮ ਯਾਦ ਕੀਤਾ ਜਾਂਦਾ ਹੈ, ਸਰ ਛੋਟੂ ਰਾਮ। ਅਤੇ ਸਰ ਦਾ ਫਤਵਾ ਜਿਹੜਾ ਖਿਤਾਬ ਹੈ ਇਹ ਅੰਗਰੇਜ਼ਾਂ ਵੱਲੋਂ ਦਿੱਤਾ ਜਾਂਦਾ ਸੀ, ਬੜੀ ਮਾਣ ਵਾਲੀ ਪਦਵੀ ਹੁੰਦੀ ਸੀ। ਅਤੇ ਇਸ਼ਤਿਹਾਕ ਦੱਸਦੇ ਨੇ ਕਿ ਪਾਰਟੀ ਮੁੱਖ ਤੌਰ ਦੇ ਉੱਤੇ ਪੇਂਡੂ ਪੰਜਾਬ ਦੇ ਹਿੱਤਾਂ ਦੀ ਪੈਰਵਾਈ ਦਾ ਦਾਅਵਾ ਕਰਦੀ ਸੀ। 1937 ਦੀਆਂ ਚੋਣਾਂ ਦੇ ਮਗਰੋਂ ਪੰਜਾਬ ਦੇ ਵਿੱਚ ਯੂਨੀਅਨਿਸਟ ਪਾਰਟੀ ਦੀ ਜਿੱਤ ਤੋਂ ਬਾਅਦ ਸਿਕੰਦਰ ਹਯਾਤ ਖਾਨ ਦੀ ਅਗਵਾਈ ਦੇ ਵਿੱਚ ਨਵੀਂ ਸਰਕਾਰ ਹੋਣ ਦੇ ਵਿੱਚ ਆਉਂਦੀ ਹੈ। ਸਿਕੰਦਰ ਹਯਾਤ ਖਾਨ ਪੰਜਾਬ ਦੇ ਵੱਡੇ ਜ਼ਿਮੀਂਦਾਰਾਂ ਦੇ ਵਿੱਚੋਂ ਇੱਕ ਸਨ ਅਤੇ ਅੰਗਰੇਜ਼ਾਂ ਦੇ ਪ੍ਰਤੀ ਵਫ਼ਾਦਾਰ, ਜਿਵੇਂ ਕਿ ਆਪਣੇ ਕਹਿ ਸਕਦੇ ਹਾਂ ਕਿ ਰਾਜੇ ਮਹਾਰਾਜਿਆਂ ਦੇ ਉਹਨਾਂ ਸਮਿਆਂ ਦੀ ਗੱਲ ਆਉਂਦੀ ਹੈ, ਉਹਨਾਂ ਨੇ ਵਫ਼ਾਦਾਰੀਆਂ ਨਿਭਾਈਆਂ, ਜਾਂ ਉਹਨਾਂ ਸਮਿਆਂ ਦੇ ਵਿੱਚ ਬਹੁਤ ਸਾਰੇ ਐਸੇ ਨਾਮ ਨੇ ਤਾਂ ਮਾਣ ਹੋਣੀ ਕਹਿ ਲਓ ਕਿ ਆਪਣੇ ਸਮਰਜੀਤ ਸਿੰਘ ਮਾਨ ਜਾਂ ਹੋਰ ਸਾਰੇ ਪਿਛੋਕੜ ਦੇ ਰਾਜਿਆਂ ਦੀ ਗੱਲ ਆਉਂਦੀ ਹੈ, ਕੈਪਟਨ ਅਮਰਿੰਦਰ ਸਿੰਘ ਜਾਂ ਜਗੀਰੂ ਚੀਜ਼ਾਂ ਦੀ ਗੱਲ ਆਉਂਦੀ ਹੈ, ਤਾਂ ਉਹਨਾਂ ਨੂੰ ਮੁਰੱਬਿਆਂ ਦੇ ਹਿਸਾਬ ਦੇ ਨਾਲ ਜਗੀਰਾਂ ਮਿਲੀਆਂ ਉਹਨਾਂ ਸਮਿਆਂ 'ਚ। ਅਤੇ ਇਸ਼ਤਿਹਾਕ ਦੱਸਦੇ ਨੇ ਕਿ ਯੂਨੀਅਨਿਸਟ ਪਾਰਟੀ ਦੀ ਸੋਚ ਸੀ ਕਿ ਅੰਗਰੇਜ਼ਾਂ ਦਾ ਰਾਜ ਪੰਜਾਬ ਦੇ ਲਈ ਚੰਗਾ ਹੈ। ਇਸ ਦਾ ਕਾਰਨ ਇਹ ਸੀ ਕਿ ਪੰਜਾਬ ਦੇ ਲੋਕਾਂ ਨੂੰ ਫੌਜ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਨੌਕਰੀਆਂ ਦਿੱਤੀਆਂ ਗਈਆਂ ਸਨ ਅਤੇ ਨਹਿਰੀ ਸਿਸਟਮ ਜਿਹੜਾ ਸੀ ਵਿਕਸਿਤ ਕੀਤਾ ਗਿਆ ਸੀ। ਇਹਨਾਂ ਦੋਵੇਂ ਯੋਜਨਾਵਾਂ ਨੇ ਪੰਜਾਬ ਦੇ ਵਿੱਚ ਖੁਸ਼ਹਾਲੀ ਲਿਆਂਦੀ ਅਤੇ ਇੱਥੇ ਦੇ ਮੁੱਖ ਧੰਦੇ ਖੇਤੀ ਦਾ ਮੂੰਹ ਜਿਹੜਾ ਸੀ ਮੱਥਾ ਬਦਲ ਕੇ ਰੱਖ ਦਿੱਤਾ। ਅਤੇ ਇਸੇ ਤਰ੍ਹਾਂ ਯੂਨੀਅਨਿਸਟ ਪਾਰਟੀ ਨੇ 1937 ਦੀਆਂ ਚੋਣਾਂ ਦੇ ਵਿੱਚ 175 ਦੇ ਵਿੱਚੋਂ ਕਰੀਬ 98 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ, ਜਦਕਿ ਕਾਂਗਰਸ ਨੂੰ ਕਰੀਬ 20 ਤੋਂ ਘੱਟ ਅਤੇ ਮੁਸਲਿਮ ਲੀਗ ਨੂੰ ਕਰੀਬ 2 ਸੀਟਾਂ ਹੀ ਮਿਲੀਆਂ ਸਨ। ਇਸ਼ਤਿਆਕ ਦੱਸਦੇ ਨੇ ਕਿ ਇਸ ਪਾਰਟੀ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ ਅਤੇ ਦਲਿਤ ਸਭ ਫਿਰਕਿਆਂ ਦੇ ਲੋਕਾਂ ਦੇ ਕੋਲ ਅਹੁਦੇ ਸਨ। ਯੂਨੀਅਨਿਸਟ ਪਾਰਟੀ ਦੀਆਂ ਭਾਈਵਾਲ ਪਾਰਟੀਆਂ 'ਚ ਸੁੰਦਰ ਸਿੰਘ ਮਜੀਠੀਆ ਦੀ ਖਾਲਸਾ ਪਾਰਟੀ ਅਤੇ ਮਨੋਹਰ ਲਾਲ ਦੀ ਨੈਸ਼ਨਲ ਪ੍ਰੋਗਰੈਸਿਵ ਪਾਰਟੀ ਦੇ ਨੁਮਾਇੰਦੇ ਵੀ ਸ਼ਾਮਲ ਸਨ। ਟਾਲਬਟ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਵੱਖ ਵੱਖ ਫਿਰਕਿਆਂ ਦੇ ਆਗੂਆਂ ਨੂੰ ਆਪਣੀ ਕੈਬਨਿਟ ਦੇ ਵਿੱਚ ਥਾਂ ਦੇਣ ਮਗਰੋਂ ਸਿਕੰਦਰ ਹਯਾਤ ਨੇ ਨੂਨ ਟਿਵਾਣਾ ਗਰੁੱਪ ਦੇ ਵਿੱਚੋਂ ਖਿਜ਼ਰ ਹਯਾਤ ਟਿਵਾਣਾ ਦੀ ਚੋਣ ਕੀਤੀ ਸੀ। ਉਹਨਾਂ ਨੇ ਖਿਜ਼ਰ ਨੂੰ ਲੋਕ ਨਿਰਮਾਣ ਮੰਤਰਾਲੇ ਅਤੇ ਪੰਚਾਇਤ ਰਾਜ ਦੇ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ। ਸਮਝਿਆ ਜਾਂਦਾ ਹੈ
ਕਿ ਖਿਜ਼ਰ ਨੂੰ ਮੰਤਰੀ ਦਾ ਅਹੁਦਾ ਉਹਨਾਂ ਦੇ ਪਿਤਾ ਉਮਰ ਹਯਾਤ ਟਿਵਾਣਾ ਅਤੇ ਪਰਿਵਾਰ ਦੇ ਸਿਆਸੀ ਅਤੇ ਸਮਾਜਿਕ ਦਬਦਬੇ ਦੇ ਕਾਰਨ ਮਿਲਿਆ ਸੀ। ਯੂਨੀਅਨਿਸਟ ਪਾਰਟੀ ਅਤੇ ਜਿਨ੍ਹਾਂ ਦਾ ਅੱਗੇ ਕੀ ਸਭ ਕੁਝ ਚੱਲਦਾ ਹੈ। ਇਸ਼ਤਿਆਕ ਦੱਸਦੇ ਨੇ ਕਿ ਕਾਂਗਰਸ ਨੇ ਇਹ ਫੈਸਲਾ ਲਿਆ ਸੀ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਜ਼ਿੰਮੇਦਾਰੀ ਜਿਹੜੀ ਹੈ ਖਤਮ ਕਰ ਦੇਣਗੇ। ਇਸ ਮਗਰੋਂ ਜਿਨ੍ਹਾਂ ਨੇ ਸਿਕੰਦਰ ਹਯਾਤ ਖਾਨ ਨੂੰ ਕਿਹਾ ਕਿ ਜੇਕਰ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਤੁਸੀਂ ਮੁਸਲਿਮ ਲੀਗ ਦੇ ਨਾਲ ਸਮਝੌਤਾ ਕਰ ਲਓ। ਪਾਕਿਸਤਾਨ ਅਤੇ ਵੰਡ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਈਅਨ ਲਿਖਦਾ ਹੈ ਕਿ ਆਲ ਇੰਡੀਆ ਮੁਸਲਿਮ ਲੀਗ ਦੇ ਅਕਤੂਬਰ 1937 ਦੇ ਵਿੱਚ ਹੋਏ ਲਖਨਊ ਸੈਸ਼ਨ ਦੇ ਵਿੱਚ ਸਿਕੰਦਰ ਹਯਾਤ ਖਾਨ ਅਤੇ ਜਿਨ੍ਹਾਂ ਨੇ ਇੱਕ ਸਮਝੌਤੇ ਉੱਤੇ ਜਿਹੜੇ ਸੀ ਦਸਖਤ ਕੀਤੇ ਸਨ। ਇਸ਼ਤਿਆਕ ਅਹਿਮਦ ਮੁਤਾਬਕ ਇਸ ਸਮਝੌਤੇ ਦੇ ਮੁਤਾਬਕ ਪੰਜਾਬ ਦੇ ਵਿੱਚ ਯੂਨੀਅਨਿਸਟ ਪਾਰਟੀ ਦੀ ਹਕੂਮਤ ਚੱਲੇਗੀ ਅਤੇ ਮੁਸਲਿਮ ਲੀਗ ਉਸ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗੀ। ਪਰ ਪੰਜਾਬ ਤੋਂ ਬਾਹਰ ਜਦੋਂ ਕਾਂਗਰਸ ਦੇ ਨਾਲ ਜਦੋਂ ਮੁਸਲਮਾਨਾਂ ਦੀ ਗੱਲ ਹੋਵੇਗੀ ਤਾਂ ਯੂਨੀਅਨਿਸਟ ਪਾਰਟੀ ਦੇ ਮੈਂਬਰ ਪੰਜਾਬ ਤੋਂ ਬਾਹਰ ਮੁਸਲਿਮ ਲੀਗ ਦੇ ਮੈਂਬਰ ਬਣਨਗੇ। ਇਹੀ ਸਮਝੌਤਾ ਅੱਗੇ ਜਾ ਕੇ ਮੁਸਲਿਮ ਲੀਗ ਅਤੇ ਯੂਨੀਅਨਿਸਟ ਆਗੂਆਂ ਵਿਚਾਲੇ ਰੇੜਕੇ ਦਾ ਕਾਰਨ ਬਣ ਗਿਆ। ਇਸ਼ਤਿਆਕ ਦੱਸਦੇ ਨੇ ਕਿ ਇਸ ਸਮਝੌਤੇ ਦਾ ਸਰ ਛੋਟੂ ਰਾਮ ਜਿਹੇ ਲੀਡਰਾਂ ਨੇ ਵੀ ਬੁਰਾ ਮਨਾਇਆ ਸੀ। ਸਾਲ 1942 ਦੇ ਵਿੱਚ ਪੰਜਾਬ ਦੇ ਪ੍ਰਧਾਨ ਮੰਤਰੀ ਸਿਕੰਦਰ ਹਯਾਤ ਖਾਨ ਦੀ 50 ਸਾਲਾਂ ਦੀ ਉਮਰ 'ਚ ਮੌਤ ਹੋਈ ਸੀ ਅਤੇ 1942 ਦੇ ਵਿੱਚ ਭਾਰਤ ਦੇ ਸਿਆਸੀ ਹਾਲਾਤ ਨਾਸਾਜ ਚੱਲ ਰਹੇ ਸਨ। ਮਾਰਚ 1942 ਦੇ ਵਿੱਚ ਹੀ ਭਾਰਤ ਦੇ ਵਿੱਚ ਕ੍ਰਿਪਸ ਮਿਸ਼ਨ ਆਇਆ ਸੀ ਅਤੇ ਕਾਂਗਰਸ ਨੇ ਇਸ ਦੇ ਵਿਰੋਧ ਦੇ ਵਿੱਚ ਭਾਰਤ ਛੱਡੋ ਲਹਿਰ ਜਿਹੜੀ ਸੀ ਵਿੱਢੀ ਸੀ। ਹਾਲਾਂਕਿ ਸਿਕੰਦਰ ਹਯਾਤ ਖਾਨ ਜੰਗ ਦੇ ਵਿੱਚ ਹਿੱਸੇਦਾਰੀ ਪਾਉਣ ਦਾ ਸਮਰਥਨ ਕਰਦੇ ਸਨ ਪਰ ਜਿਨ੍ਹਾਂ ਨੇ ਵਾਰ ਵਾਰ ਉਹਨਾਂ ਦੇ ਉੱਤੇ ਇਸ ਤੋਂ ਪਿੱਛੇ ਹਟਣ ਦਾ ਦਬਾਅ ਪਾਇਆ। ਮੁਸਲਿਮ ਲੀਗ ਦੇ ਵਿੱਚ ਵੀ ਸਿਕੰਦਰ ਦੀ ਹਾਲਤ ਅਲੱਗ ਥਲੱਗ ਜਿਹੀ ਹੋ ਗਈ ਸੀ ਅਤੇ ਆਖਰੀ ਸਮੇਂ ਦੇ ਦੌਰਾਨ ਉਹਨਾਂ ਨੇ ਅਸਤੀਫਾ ਦੇ ਦਿੱਤਾ। ਜੂਨ 1942 ਦੇ ਵਿੱਚ ਸਿੱਖ ਆਗੂ ਬਲਦੇਵ ਸਿੰਘ ਅਤੇ ਸਿਕੰਦਰ ਸਿੰਘ ਵਿਚਾਲੇ ਇੱਕ ਸਮਝੌਤਾ ਹੁੰਦਾ ਹੈ। ਇਹ ਸਮਝੌਤੇ ਦੇ ਵਿੱਚ ਸਿੱਖਾਂ ਨੂੰ ਉਹਨਾਂ ਮਹਿਕਮਿਆਂ ਦੇ ਵਿੱਚ ਨੁਮਾਇੰਦਗੀ ਦੇਣੀ ਸ਼ਾਮਲ ਸੀ ਜਿੱਥੇ 20% ਤੋਂ ਘੱਟ ਸੀ। ਬਲਦੇਵ ਸਿੰਘ ਪੰਜਾਬ ਦੇ ਪ੍ਰਮੁੱਖ ਸਿੱਖ ਕਾਰੋਬਾਰੀ ਸਨ। ਉਹ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਵੀ ਬਣੇ ਸਨ। ਖਿਜ਼ਰ ਹਯਾਤ ਟਿਵਾਣਾ ਦਾ ਪਿਛੋਕੜ ਕੀ ਹੈ? ਟਿਵਾਣਾ ਕਬੀਲੇ ਦੇ ਇਤਿਹਾਸ ਬਾਰੇ ਈਅਨ ਲਿਖਦਾ ਹੈ ਕਿ ਇਹ ਸਭ ਤੋਂ ਪਹਿਲਾਂ ਸਿੰਧ ਸਾਗਰ ਦੁਆਬ ਨੇੜੇ ਵਸੇ ਸਨ ਜਿੱਥੋਂ ਉਹ ਜੇਲਮ ਦਰਿਆ ਦੇ ਕੰਢੇ ਉੱਤੇ ਲਾਹੌਰ ਵਾਲੇ ਪਾਸੇ ਸਥਿਤ ਵੱਧ ਉਪਜਾਊ ਇਲਾਕਿਆਂ ਦੇ ਵਿੱਚ ਰਹਿਣ ਲੱਗ ਗਏ। ਖਿਜ਼ਰ ਇਸੇ ਥਾਂ ਉੱਤੇ ਵੱਡੇ ਹੋਏ ਅਤੇ ਉਹ ਉਸ ਵੇਲੇ ਦੇ ਸਭ ਤੋਂ ਅਮੀਰ ਜ਼ਿਮੀਦਾਰਾਂ ਦੇ ਵਿੱਚੋਂ ਇੱਕ ਸਨ। ਅੰਗਰੇਜ਼ਾਂ ਨੇ ਆਪਣੀ ਫੌਜ ਦੇ ਵਿੱਚ ਟਿਵਾਣਾ ਲੈ ਸਰਜ ਨਾਮ ਦੀ ਜਿਹੜੀ ਸੀ ਇੱਕ ਵੱਖਰੀ ਰੈਜੀਮੈਂਟ ਵੀ ਬਣਾਈ ਹੋਈ ਸੀ। ਉਮਰ ਅਤੇ ਖਿਜ਼ਰ ਟਿਵਾਣਾ ਨੂੰ ਜਿਹੜਾ ਸੀ ਫੌਜ ਦੇ ਆਨਰੇਰੀ ਕਰਨਲ ਬਣਾਇਆ ਗਿਆ ਸੀ। ਫੌਜ ਅਤੇ ਜ਼ਮੀਨਾਂ ਤੋਂ ਹੁੰਦੀ ਆਮਦਨ ਨੇ ਉਹਨਾਂ ਦੀ ਬ੍ਰਿਟਿਸ਼ ਪੰਜਾਬ ਦੇ ਵਿੱਚ ਸਥਿਤੀ ਕਾਫੀ ਮਜ਼ਬੂਤ ਕਰਤੀ। ਉਹ ਪੰਜਾਬ ਦੇ ਨੈਚੁਰਲ ਲੀਡਰਸ ਵਜੋਂ ਉੱਭਰੇ। ਈਅਨ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਦਾ ਸਮਾਂ ਹੈ। ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ। ਸਿੱਖ ਰਾਜ 'ਤੇ ਜਿੱਤ ਤੋਂ ਹਾਸਲ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਦੇ ਵਿਰੁੱਧ ਉਹਨਾਂ ਦਾ ਸਾਥ ਦੇਣ ਵਾਲਿਆਂ ਦੇ ਪਰਿਵਾਰਾਂ ਨੂੰ ਇਨਾਮਾਂ ਦੇ ਉੱਤੇ ਜਗੀਰਦਾਰੀਆਂ ਦੇ ਨਾਲ ਨਵਾਜਿਆ। 1857 ਦੇ ਗਦਰ ਦੇ ਮੌਕੇ ਵੀ ਸ਼ਾਹਪੁਰ ਜਿਹੜਾ ਕਿ ਅਜੋਕਾ ਸਰਗੋਦਾ ਸੀ ਦੇ ਖਿਜ਼ਰ ਹਯਾਤ ਟਿਵਾਣਾ ਦੇ ਦਾਦਾ ਮਲਿਕ ਸਾਹਿਬ ਖਾਨ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ।
ਜਿਸ ਦੇ ਕਾਰਨ ਅੰਗਰੇਜ਼ਾਂ ਨੇ ਉਹਨਾਂ ਨੂੰ ਬਣਦੇ ਰੁਤਬੇ ਅਤੇ ਪ੍ਰਸ਼ਾਸਨਿਕ ਅਹੁਦੇ ਦਿੱਤੇ। ਆਪਣੇ ਸਿਆਸੀ ਖਿਆਲਾਂ ਦੇ ਵਿੱਚ ਖਿਜ਼ਰ ਬਰਤਾਨਵੀ ਰਾਜ ਦੇ ਕਾਫ਼ੀ ਨੇੜੇ ਸਨ। ਉਹ ਭਾਰਤ ਦੇ ਆਜ਼ਾਦੀ ਘੁਲਾਟੀਏ ਅਤੇ ਰਾਸ਼ਟਰਵਾਦੀ ਆਗੂਆਂ ਨੂੰ ਅਸਲ ਇੰਡੀਆ ਦੀ ਸੱਚਾਈ ਤੋਂ ਦੂਰ ਸਮਝਦੇ ਸਨ। ਇਸ ਦੀ ਵਜ੍ਹਾ ਉਹਨਾਂ ਦਾ ਪਰਿਵਾਰਕ ਪਿਛੋਕੜ ਸੀ। ਟਾਲਬਟ ਲਿਖਦਾ ਹੈ ਕਿ ਖਿਜ਼ਰ ਆਪ ਇੱਕ ਇਮਾਨਦਾਰ ਅਤੇ ਦ੍ਰਿੜ ਇਰਾਦੇ ਵਾਲੇ ਇਨਸਾਨ ਸਨ। ਉਹਨਾਂ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਅੰਗਰੇਜ਼ ਆਪਣੇ ਯੂਨੀਅਨਿਸਟ ਭਾਈਵਾਲਾਂ ਦਾ ਸਾਥ ਇੰਨੀ ਜਲਦੀ ਛੱਡ ਦੇਣਗੇ, ਪਰ ਉਹ ਗਲਤ ਨਿਕਲੇ। ਖਿਜ਼ਰ ਹਯਾਤ ਟਿਵਾਣਾ ਦੇ ਮੁਸਲਿਮ ਲੀਗ ਦੇ ਵਿੱਚ ਸ਼ਾਮਲ ਨਾ ਹੋਣ ਦੇ ਕਾਰਨਾਂ ਬਾਰੇ ਉਹ ਲਿਖਦੇ ਨੇ ਕਿ ਅੰਗਰੇਜ਼ਾਂ ਦੇ ਪ੍ਰਤੀ ਖਿਜ਼ਰ ਹਯਾਤ ਟਿਵਾਣਾ ਦੇ ਵਫ਼ਾਦਾਰ ਹੋਣ ਦਾ ਕਾਰਨ ਉਹਨਾਂ ਦੀ ਨਿੱਜ ਪ੍ਰਸਤੀ ਨਹੀਂ ਸੀ, ਉਹ ਉਹਨਾਂ ਦੇ ਇਸ ਵਿਸ਼ਵਾਸ ਕਰਕੇ ਸੀ ਕਿ ਰਾਜ ਦੇ ਨਾਲ ਸੰਬੰਧ ਦੇ ਵਿੱਚ ਹੀ ਪੰਜਾਬ ਦੀ ਖੁਸ਼ਹਾਲੀ ਜੁੜੀ ਹੋਈ ਹੈ। ਜੇਕਰ ਉਹਨਾਂ ਦਾ ਮਕਸਦ ਵਧੇਰੇ ਤਾਕਤ ਹਾਸਲ ਕਰਨਾ ਹੁੰਦਾ ਤਾਂ ਉਹ ਸਿਆਸਤ ਦੇ ਵਿੱਚ ਪਹਿਲਾਂ ਆਉਂਦੇ ਅਤੇ ਮੁਸਲਿਮ ਲੀਗ ਦੇ ਵਿੱਚ ਸ਼ਾਮਲ ਹੋ ਗਏ ਹੁੰਦੇ। ਇਆਨ ਲਿਖਦਾ ਹੈ ਕਿ ਖਿਜ਼ਰ ਦੀ ਜਿਹੜੀ ਹੈ ਸ਼ਖਸੀਅਤ ਕਾਇਲ ਕਰ ਦੇਣ ਵਾਲੀ ਸੀ ਅਤੇ ਉਹਨਾਂ ਦੀ ਪੋਸ਼ਾਕ ਅਤੇ ਤੁਰਲੇ ਵਾਲੀ ਵੱਖਰੀ ਹੀ ਟਿਵਾਣਿਆਂ ਵਾਲੀ ਪੱਗ ਉਹਨਾਂ ਵੱਖਰੀ ਪਛਾਣ ਸੀ। ਖਿਜ਼ਰ ਹਯਾਤ ਟਿਵਾਣਾ ਨੂੰ ਅਸਤੀਫਾ ਕਿਉਂ ਦੇਣਾ ਪੈ ਗਿਆ? ਜਦੋਂ 1942 ਦਾ ਸਮਾਂ ਹੈ, ਸਿਕੰਦਰ ਦੀ ਮੌਤ ਤੋਂ ਬਾਅਦ ਖਿਜ਼ਰ ਪੰਜਾਬ ਦੇ ਪ੍ਰਧਾਨ ਮੰਤਰੀ ਬਣੇ ਤਾਂ ਲੋਕਾਂ ਦੇ ਵਿੱਚ ਯੂਨੀਅਨਿਸਟ ਪਾਰਟੀ ਦੇ ਪ੍ਰਤੀ ਸਮਰਥਨ ਬਹੁਤ ਘੱਟ ਸੀ। ਇਸ਼ਤਿਆਕ ਦੱਸਦੇ ਨੇ ਕਿ ਖਿਜ਼ਰ ਪੰਜਾਬ ਦੇ ਪ੍ਰੀਮੀਅਰ ਬਣ ਤਾਂ ਗਏ, ਪਰ ਉਹਨਾਂ ਦੇ ਕਈ ਵਿਰੋਧੀ ਵੀ ਸਨ ਉਸ ਸਮੇਂ, ਜਿਨ੍ਹਾਂ ਸਿਕੰਦਰ ਹਯਾਤ ਦੇ ਪੁੱਤਰ ਦੀ ਸ਼ੌਕਤ ਹਯਾਤ ਅਤੇ ਮਮਡੋਟ ਦੇ ਨਵਾਬ ਵੀ ਸ਼ਾਮਲ ਇਹਦੇ ਵਿੱਚ ਸਨ। ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਮੁਸਲਿਮ ਲੀਗ ਦੇ ਵਿੱਚ ਸ਼ਾਮਲ ਕਰਕੇ ਆਪਣੇ ਨਾਲ ਰਲਾ ਲਿਆ। ਇਸ਼ਤਿਆਕ ਦੱਸਦੇ ਨੇ ਕਿ ਜਿਨ੍ਹਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਸਿਕੰਦਰ ਜਿਨ੍ਹਾਂ ਪੈਕਟ ਦੇ ਅਸਰ ਵਜੋਂ ਯੂਨੀਅਨਿਸਟ ਪਾਰਟੀ ਖਤਮ ਹੋ ਗਈ। ਖਿਜ਼ਰ ਨੇ ਸਿਆਸਤ ਦੇ ਵਿੱਚ ਦੂਜੇ ਭਾਈਚਾਰਿਆਂ ਦੇ ਨਾਲ ਮਿਲਵਰਤਨ ਜਾਰੀ ਰੱਖਿਆ। ਉਹਨਾਂ ਨੇ ਭਾਈਚਾਰਕ ਸਾਂਝਾਂ ਦੇ ਨਾਲ ਨਾਲ ਪੇਂਡੂ ਅਤੇ ਸ਼ਹਿਰੀ ਲੋਕਾਂ ਨੂੰ ਜੋੜਿਆ। ਇਸ਼ਤਿਆਕ ਦੱਸਦਾ ਹੈ ਕਿ 1944 ਦੇ ਵਿੱਚ ਜਨਾਬ ਪੰਜਾਬ ਆਏ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਖਿਜ਼ਰ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ ਕਿ ਕਾਂਗਰਸ ਨੂੰ ਰੋਕਣ ਦੇ ਲਈ ਅੰਗਰੇਜ਼ਾਂ ਨੇ ਮੁਸਲਿਮ ਲੀਗ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਜੋ ਯੂਨੀਅਨਿਸਟ ਪਾਰਟੀ ਦੇ ਨਿਘਾਰ ਦਾ ਮੁੱਖ ਕਾਰਨ ਬਣਿਆ। ਇਸ ਦੇ ਨਾਲ ਹੀ ਕਈ ਜ਼ਿਮੀਂਦਾਰ ਆਗੂ ਜੋ ਪਹਿਲਾਂ ਯੂਨੀਅਨਿਸਟ ਪਾਰਟੀ ਦੇ ਨਾਲ ਸਨ, ਮੁਸਲਿਮ ਲੀਗ ਦੇ ਨਾਲ ਹੋ ਤੁਰੇ। 1946 ਦੀਆਂ ਸੂਬਾਈ ਚੋਣਾਂ ਦੇ ਮਗਰੋਂ ਉਹਨਾਂ ਨੇ ਕਾਂਗਰਸ ਅਤੇ ਅਕਾਲੀਆਂ ਨੂੰ ਪੰਜਾਬ ਦੀ ਫਿਰਕੂ ਸੰਦਭਾਵਨਾ ਨੂੰ ਕਾਇਮ ਰੱਖਣ ਦੇ ਆਖਰੀ ਯਤਨ ਵਜੋਂ ਇਕੱਠਿਆਂ ਕੀਤਾ। ਇਆਨ ਟਾਲਬਟ ਲਿਖਦਾ ਹੈ ਕਿ ਖਿਜ਼ਰ ਦੇ ਕੋਲ ਕੋਈ ਤੈਅ ਸਿਆਸੀ ਨੀਤੀ ਨਹੀਂ ਸੀ ਉਸ ਸਮੇਂ, ਪਰ ਇਸ ਦੇ ਬਾਵਜੂਦ ਵੀ ਉਹ 1940 ਦੇ ਵਿੱਚ ਪੰਜਾਬ ਦੇ ਵਿੱਚ ਫਿਰਕੂ ਤਵਾਜਨ ਕਾਇਮ ਰੱਖ ਸਕੇ ਸਨ। ਇਸੇ ਵੇਲੇ ਤੱਕ ਅੰਗਰੇਜ਼ਾਂ ਦਾ ਮੁਸਲਿਮ ਲੀਗ ਨੂੰ ਸਮਰਥਨ ਵੱਧ ਗਿਆ ਸੀ ਅਤੇ ਯੂਨੀਅਨਿਸਟ ਪਾਰਟੀ ਦੀ ਖਿਲਾਫਤ ਕਰਨ ਵਾਲੇ ਜ਼ਿਮੀਂਦਾਰ ਵੀ ਮੁਸਲਿਮ ਲੀਗ ਦੇ ਨਾਲ ਸਨ। 1946 ਦੀਆਂ ਚੋਣਾਂ ਦੇ ਵਿੱਚ ਯੂਨੀਅਨਿਸਟ ਪਾਰਟੀ ਨੂੰ ਕਰੀਬ 18 ਸੀਟਾਂ ਮਿਲੀਆਂ, ਪਰ ਮੁਸਲਿਮ ਲੀਗ ਜਿਹੜੀ ਸੀ 175 ਦੇ ਵਿੱਚੋਂ ਕਰੀਬ 73 ਸੀਟਾਂ ਜਿੱਤਣ 'ਚ ਕਾਮਯਾਬ ਰਹੀ ਸੀ। ਇਸ਼ਤਿਆਕ ਦਾ ਕਹਿਣਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਕਈ ਇਸ਼ਤਿਹਾਰ ਲੱਗੇ ਜਿਨ੍ਹਾਂ ਦੇ ਵਿੱਚ ਯੂਨੀਅਨਿਸਟ ਪਾਰਟੀ ਦੇ ਆਗੂਆਂ ਨੂੰ ਕਾਫਰ ਤੱਕ ਕਹਿ ਦਿੱਤਾ ਗਿਆ, ਪਰ ਪੰਜਾਬ ਦੇ ਵਿੱਚ ਕਾਂਗਰਸ ਪੰਥਕ ਪਾਰਟੀਆਂ ਅਤੇ ਦਲਿਤਾਂ ਦਾ ਸਹਿਯੋਗ ਨਾਲ ਮਿਲਣ ਕਰਕੇ ਲੀਗ ਸਰਕਾਰ ਨਹੀਂ ਬਣ ਸਕੀ। ਫਿਰ ਸਿੱਖ ਦਲਿਤ ਪਾਰਟੀਆਂ ਅਤੇ ਕਾਂਗਰਸ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣੀ
ਜਿਸ ਦੀ ਅਗਵਾਈ ਖਿਜ਼ਰ ਹਯਾਤ ਟਿਵਾਣਾ ਨੇ ਕੀਤੀ। ਇਸ ਮਗਰੋਂ 24 ਜਨਵਰੀ 1947 ਨੂੰ ਜਿਨਾਹ ਨੇ ਡਾਇਰੈਕਟਰ ਐਕਸ਼ਨ ਦੀ ਕਾਲ ਕਰ ਦਿੱਤੀ। ਇਸ਼ਤਿਆਕ ਅਹਿਮਦ ਦੱਸਦੇ ਨੇ ਕਿ 24 ਤੋਂ ਲੈ ਕੇ 26 ਫਰਵਰੀ 1947 ਤੱਕ ਪੰਜਾਬ ਦੇ ਵਿੱਚ ਇਹ ਮੁਜ਼ਾਹਰੇ ਹੁੰਦੇ ਰਹੇ ਅਤੇ ਇਸ ਦੇ ਦੌਰਾਨ ਖਿਜ਼ਰ ਅਤੇ ਉਹਨਾਂ ਦੇ ਪਰਿਵਾਰ ਬਾਰੇ ਕਾਫ਼ੀ ਮਾੜੇ ਨਾਅਰੇ ਵੀ ਵਰਤੇ ਗਏ। ਅੰਗਰੇਜ਼ਾਂ ਦੇ ਵਾਪਸ ਜਾਣ ਦੇ ਐਲਾਨ ਨੇ ਖਿਜ਼ਰ ਦੀ ਹਿੰਮਤ ਤੋੜ ਦਿੱਤੀ ਸੀ ਅਤੇ ਉਹ ਸਮਝਦੇ ਸਨ ਕਿ ਜਿਨ੍ਹਾਂ ਦੇ ਪ੍ਰਤੀ ਅਸੀਂ ਵਫ਼ਾਦਾਰ ਸੀ ਉਹ ਨਾ ਰਹੇ ਤਾਂ ਹੁਣ ਉਹਨਾਂ ਦੀ ਕੋਈ ਪੁਜੀਸ਼ਨ ਨਹੀਂ ਰਹੇਗੀ। ਫਿਰ ਉਹ ਅੱਗੇ ਦੱਸਦੇ ਨੇ ਕਿ 2 ਮਾਰਚ ਨੂੰ ਖਿਜ਼ਰ ਹਯਾਤ ਟਿਵਾਣਾ ਨੇ ਅਸਤੀਫਾ ਦਿੱਤਾ ਸੀ। ਮਈ 1947 ਦੇ ਵਿੱਚ ਖਿਜ਼ਰ ਨੇ ਅੰਗਰੇਜ਼ਾਂ ਨੂੰ ਸੁਝਾਅ ਦਿੱਤਾ ਕਿ ਭਾਰਤ ਅਤੇ ਪਾਕਿਸਤਾਨ ਬਣਾਉਣ ਦੇ ਨਾਲ ਨਾਲ ਤੁਸੀਂ ਯੂਨਾਈਟਿਡ ਪੰਜਾਬ ਨੂੰ ਇੱਕ ਤੀਜਾ ਡੋਮੀਨੀਅਨ ਬਣਾ ਦਿਓ, ਜੋ ਅੰਗਰੇਜ਼ਾਂ ਨੇ ਨਹੀਂ ਮੰਨਿਆ। ਇਸ਼ਤਿਆਕ ਕਹਿੰਦੇ ਨੇ ਕਿ ਖਿਜ਼ਰ ਹਯਾਤ ਟਿਵਾਣਾ ਉਹਨਾਂ ਲੋਕਾਂ 'ਚੋਂ ਸਨ ਜੋ ਪੰਜਾਬ ਦੀ ਸਾਂਝੀਵਾਲਤਾ ਯੂਨਿਟੀ ਦੇ ਵਿੱਚ ਯਕੀਨ ਰੱਖਦੇ ਸਨ ਅਤੇ ਉਸਦੇ ਮੁਤਾਬਕ ਹੀ ਸਿਆਸਤ ਕਰਦੇ ਸਨ ਅਤੇ ਖਿਜ਼ਰ ਹਯਾਤ ਟਿਵਾਣਾ ਦਾ ਸਾਲ 1975 ਦੇ ਵਿੱਚ ਦੇਹਾਂਤ ਹੁੰਦਾ ਹੈ। ਜੀ ਦੋਸਤੋ, ਇਹ ਹੈ ਜੀ, ਕਿਉਂਕਿ ਕੁਝ ਲੋਕ ਜਿਹੜੇ ਨੇ ਆਪਣੇ ਨਿੱਜ ਪਾਲ ਲੈਂਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਗੋਰਿਆ ਸਰਕਾਰ ਚਲੇ ਜਾਏਗੀ ਅਤੇ ਸਾਡਾ ਕੋਈ ਹੋਂਦ, ਸਾਡਾ ਕੋਈ ਵਜੂਦ ਨਹੀਂ ਰਹਿਣਾ ਅਤੇ ਗੋਰੀ ਸਰਕਾਰ ਦੇ ਥੱਲੇ ਕੰਮ ਕਰਾਂਗੇ ਅਤੇ ਤਰੱਕੀਆਂ ਵੀ ਕਰਾਂਗੇ, ਜ਼ਮੀਨਾਂ ਵੀ ਲਵਾਂਗੇ ਅਤੇ ਨਾਲ ਦੇ ਨਾਲ ਆਪਣੀ ਧੌਂਸ ਵੀ ਜਮਾਵਾਂਗੇ, ਜਗੀਰਦਾਰੂ ਸਿਸਟਮ ਜਿਹੜਾ ਉਸੇ ਤਰ੍ਹਾਂ ਬਰਕਰਾਰ ਰੱਖਾਂਗੇ। ਇਹ ਸਨ ਦੋਸਤੋ ਪੰਜਾਬ ਪੰਜਾਬੀਆਂ ਦਾ ਨਾਰਾ ਦੇਣ ਵਾਲਾ ਖਿਜ਼ਰ ਹਯਾਤ ਟਿਵਾਣਾ, ਜਿਸ ਨੇ ਅੰਗਰੇਜ਼ਾਂ ਤੋਂ ਆਜ਼ਾਦ ਪੰਜਾਬ ਦੀ ਮੰਗ ਕੀਤੀ ਸੀ। ਗੱਲਬਾਤ ਸੀ ਗੁਰਜੋਤ ਸਿੰਘ ਹੋਣਾ ਦੀ ਕਲਮ ਦੇ ਵਿੱਚੋਂ BBC ਪੰਜਾਬੀ, ਅਤੇ ਧੰਨਵਾਦ ਸਹਿਤ ਹੈ ਜੀ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੂ ਦਾ ਮੰਚ। ਮੈਨੂੰ ਦਿਓ ਜੀ ਆਗਿਆ, ਸਭ ਨੂੰ ਸਤਿ ਸ਼੍ਰੀ ਅਕਾਲ।